ਸੋ ਹੈਗਾ ਇਸ ਕੀ ਹਾਲ ਚਾਲ ਹੈ, ਸਭ ਤੋਂ ਪਹਿਲੀ ਸਾਰੇ ਵਧੀਆ ਹੋਣਗੇ। ਰਾਈਡ ਆਫ ਲਿਲ ਪਾਕ ਫੀਚਰਿੰਗ ਬੀਬਾ ਫਤਿਹ, ਯਾ ਉਹ ਕੁਈਨਜ਼ਲੈਂਡ ਨੈਟਵਰਕ, ਬੀ ਬੀ ਰੈਕਰਡਸ, ਕੁਈਨਜ਼ਲੈਂਡ ਨੈਟਵਰਕ ਹੋ ਰਹੀ ਹੈ ਮੇਰੇ ਖਿਆਲ ਨਾਲ ਸਾਰੀ ਪ੍ਰਮੋਸ਼ਨ ਵਗੈਰਾ, ਹੈ ਨਾ ਸ਼ਾਇਦ। ਯੈਸ, ਮਿਊਜ਼ਿਕ ਬਾਏ ਨੈਜ਼, ਲਿਰਿਸਿਸਟ ਐਂਡ ਕੰਪੋਜ਼ਰ ਲਿਲ ਪਾਕ, ਅਤੇ ਬੀਬਾ ਫਤਿਹ ਅਤੇ ਲਿਲ ਪਾਕ ਨੇ ਇਕੱਠੇ ਗਾਇਆ ਗਾਣਾ। ਪ੍ਰੋਡਿਊਸਰ ਬੀਬਾ ਫਤਿਹ ਐਂਡ ਬੀਬਾ ਬੋਇਜ਼ ਮੋਟਰ ਕਲੱਬ, ਓਕੇ ਕਿਆ ਬਾਤ ਹੈ। ਮਿਊਜ਼ਿਕ ਕੰਸਲਟੈਂਟ ਯੁਵਰਾਜ ਗਰੇਵਾਲ, ਫੀਮੇਲ ਲੀਡ ਅਨੁਸ਼ਕਾ ਐਂਡ ਸਨਵੀ, ਬਾਕੀ ਬਹੁਤ ਵੱਡੀ ਟੀਮ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ। ਡਾਇਰੈਕਟਰ ਸਾਹਿਬ ਆਕਾਸ਼ ਭੋਲਾ, ਆਈਸ ਡੋ ਚੀਜ਼ਾਂ, ਸੀਗਾ ਯਾਰਾ ਨਾਲੇ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਯਾਰ, ਕਲਰਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਨਾਲੇ, ਬਹੁਤ ਸੋਹਣਾ ਸੀਗਾ, ਸ਼ਾਰਪ ਕਲਰਸ ਮੈਨ, ਯਾਰਾ ਨਾਲੇ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਰਾਈਡ ਆਫਰ ਆ ਕੇ ਨਾਲ ਬਹਿ ਗਈ ਮੇਰੇ ਕੋਲ ਹੋ ਕੇ ਉਹਨੇ ਕੰਨ ਵਿੱਚ ਗੱਲ ਪੁੱਛੀ ਕਹਿੰਦੀ ਸੱਚ ਬੋਲ ਕਿਆ ਹੈ ਰੱਬ ਤੇਰੇ, ਸੀਗਾ ਯਾਰਾ ਨਾਲੇ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਰਾਈਡ ਆਫਰ ਆ ਕੇ ਨਾਲ ਬਹਿ ਗਈ ਮੇਰੇ ਕੋਲ ਹੋ ਕੇ ਉਹਨੇ ਕੰਨ ਵਿੱਚ ਗੱਲ ਪੁੱਛੀ ਕਹਿੰਦੀ ਸੱਚ ਬੋਲ ਕਿਆ ਹੈ ਰੱਬ ਤੇਰੇ, ਨਾ ਸਟਾਪ ਸ਼ਾਟੀ ਸ਼ਾਟੇ ਉੱਤੇ ਸ਼ਾਟ ਖਿੱਚੇ ਲੱਖਾਂ ਮੁੰਡਿਆਂ ਦੀ ਲਾਈਨ ਲੱਗੀ ਤੇਰੇ ਪਿੱਛੇ, ਮੈਨੂੰ ਪਤਾ ਤੇਰੀ ਮੇਰੇ ਉੱਤੇ ਅੱਖ ਟਿੱਕੀ ਤਾਂ ਹੀ ਨੱਚਦੀ ਜੋ ਬਾਰੇ ਬਾਰ ਲੁੱਕ ਵਾਲੀ ਘੈਂਟ, ਬਾਈ ਹੋਰ ਦੀ ਲੁੱਕ ਵਾਲੀ ਘੈਂਟ ਹੈ ਨਾ, ਫਿੱਟ ਪੂਰੇ ਵਧੀਆ ਤਰੀਕੇ ਨਾਲ, ਲਾਈਕ ਨਾਈਸ ਬੀਅਰਡਸ, ਵਧੀਆ ਕੱਪੜੇ, ਮਤਲਬ ਫਿੱਟ ਵਧੀਆ ਲੱਗਦੇ ਯਾਰ ਬੰਦੇ, ਲਾਈਕ ਸਟਾਈਲਿਸ਼ ਕਹਿ ਸਕਦੇ। ਤੇਰੇ ਬਾਰੇ ਸਾਰੇ ਦਿਲ ਵਿੱਚ ਥਾਟ ਆਨ, ਟੈਨਾ ਟੈਨੀ ਤੂੰ ਲੱਗੇ ਪੂਰੀ ਸਪੌਟ ਆਨ, ਬਾਰ ਬਾਰ ਤੈਨੂੰ ਦੇਖਣ ਦਾ ਜੀ ਕਰੇ, ਦੇਖਾ ਜਦ ਮੁੜ ਫੀਲਿੰਗ ਦਾ ਮੀ ਪਵੇ, ਕਿਤੇ ਰਾਂ ਦੇਖਾ ਸਭ ਤੇਰੇ ਨਾਲ ਹੁਣ, ਪਹਿਲੀ ਤੂੰ ਦੂਜਾ ਸਭ ਤੇਰੇ ਬਾਦਣ, ਮੰਜ਼ਿਲਾ ਤੂੰ ਤੇ ਤੂੰ ਹੀ ਬਸ ਰਾਹ ਹੋਵੇ, ਇੱਕੋ ਦੁਆ ਤੂੰ ਕਦੇ ਨਾ ਜੁਦਾ ਹੋਵੇ, ਸੀਗਾ ਯਾਰਾ ਨਾਲ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਰਾਈਡ ਆਫਰ ਆ ਕੇ ਨਾਲ ਬਹਿ ਗਈ ਮੇਰੇ ਕੋਲ ਹੋ ਕੇ ਉਹਨੇ ਕੰਨ ਵਿੱਚ ਗੱਲ ਪੁੱਛੀ ਕਹਿੰਦੀ ਸੱਚ ਬੋਲ ਕਿਆ ਹੈ ਰੱਬ ਤੇਰੇ, ਸੀਗਾ ਯਾਰਾ ਨਾਲ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਰਾਈਡ ਆਫਰ ਆ ਕੇ ਨਾਲ ਬਹਿ ਗਈ ਮੇਰੇ ਕੋਲ ਹੋ ਕੇ ਉਹਨੇ ਕੰਨ ਵਿੱਚ ਗੱਲ ਪੁੱਛੀ ਕਹਿੰਦੀ ਸੱਚ ਮੁੱਲ ਤਪਾ ਦੇ ਕਿਤੇ ਸਾਡੇ ਇਜ਼ਹਾਰ ਦਾ, ਚਾਹੀਦੀ ਮੈਨੂੰ ਕਹਿੰਦੀ ਪੂਰੀ ਪੂਰੀ ਐਸ਼ ਆ, ਘੁੰਮਣ ਲਈ ਜਾਣਾ ਮੈਨੂੰ ਚਾਹੀਦਾ ਇੱਕ ਐਸ਼ ਆ, ਰਹਿਣਾ ਨਾਲ ਵਿੱਚ ਤੇਰੀ ਜੋ ਰਹਿਸ਼ ਆ, ਸੀਗਾ ਯਾਰਾ ਨਾਲ ਆ ਕੇ ਵਿੱਚ ਖੈ ਗਈ ਮੇਰੇ ਕੀਤੀ ਰਾਈਡ ਆਫਰ ਆ ਕੇ ਨਾਲ ਬਹਿ ਗਈ ਮੇਰੇ ਕੋਲ ਹੋ ਕੇ ਉਹਨੇ ਕੰਨ ਵਿੱਚ ਗੱਲ ਪੁੱਛੀ ਕਹਿੰਦੀ ਸੱਚ ਬੋਲ ਕਿਆ ਹੈ ਰੱਬ ਤੇਰੇ, ਸੀਗਾ ਯਾਰਾ ਨਾਲ ਆ ਕੇ ਵਿੱਚ ਖੈ ਗਈ ਮੇਰੇ ਕੀਤੀ। ਮੈਂ ਇੱਕ ਗੱਲ ਕਹੂੰਗਾ ਕਿ ਪੂਰੇ ਗਾਣੇ ਵਿੱਚ ਲਾਈਕ ਟੌਪ ਫੋਰ ਐਕਟਰਸ ਨੇ ਹੈ ਨਾ, ਦੋ ਫੀਮੇਲ ਮਾਡਲਸ, ਦੋ ਆਪਣੇ ਭਰਾ ਹੋ ਰਹੀ, ਠੀਕ ਹੈ, ਲਿਲ ਪਾਕ ਅਤੇ ਬੀਬਾ, ਆਪਾਂ ਕਹਿ ਸਕਦੇ ਹਾਂ ਕਿ ਫਤਿਹ ਬਈ ਕਹਿ ਸਕਦੇ ਹਾਂ, ਕਿ ਮਤਲਬ ਇਹਨਾਂ ਨੇ ਨਾ ਕੱਪੜੇ ਇੰਨੇ ਕੁ ਕਮਾਲ ਦੇ ਪਾਏ ਆ ਨਾ ਸੱਚੀ, ਅਸੈਸਰੀਜ਼ ਕੱਪੜੇ ਬਹੁਤ ਸੋਹਣੀ ਲੱਗੀ ਜੀ ਸੱਚੀ, ਬੜੀ ਪਿਆਰੇ ਲੱਗੇ ਹੈ ਨਾ। ਨਾਈਸ, ਬਾਰ ਵਾਲੇ ਜਿਹੜੇ ਸੀਨਸ ਆ ਨਾ ਤਾਂ ਬਹੁਤ ਪਿਆਰੇ ਆ ਯਾਰ, ਮੈਂ ਲਿਟਰਲੀ ਐਡਿਟ ਬਾਏ ਵੀ ਕਾਨਰੇਡ, ਨਾਈਸ ਬ੍ਰੋ, ਬਹੁਤ ਸੋਹਣਾ ਐਡਿਟ ਕੀਤਾ ਹੈ ਨਾ, ਲਾਈਕ ਨਾਈਸ, ਲਾਈਕ ਨੋਰਮਲ ਨਾਈਸ ਟ੍ਰਾਂਜੀਸ਼ਨਸ ਕਹਿ ਸਕਦੇ ਹਾਂ ਆਪਾਂ, ਕਲਰਸ ਤਾਂ ਬਾਹਲੀ ਪਿਆਰੇ ਕੱਢ ਰੱਖੇ ਆ ਯਾਰ ਗਾਣੇ ਦੇ, ਸ਼ਾਰਪਨੈਸ ਔਨ ਪੁਆਇੰਟ, ਜਮ ਔਨ ਪੁਆਇੰਟ, 1% ਆਪਣੀ 1% ਔਨ, ਬੜੀ ਪਿਆਰੀ ਲੱਗੀ ਚੀਜ਼, ਅਤੇ ਮਤਲਬ ਉਹੀ ਯਾਰ ਗੁੱਡ ਲੱਗਦਾ ਕੰਮ ਜਿਹ 'ਚ ਮਿਹਨਤ ਕੀਤੀ ਹੋਵੇ ਨਾ, ਪਤਾ ਲੱਗ ਜਾਂਦਾ।
ਨਾਈਸ ਮਿਊਜ਼ਿਕ ਕਲੱਬ ਟਾਈਪ ਜਿਹਾ ਥੋੜ੍ਹਾ ਜਿਹਾ, ਠੀਕ ਹੈ ਉੱਧਰਲੀ ਚੀਜ਼ ਗਾਣਾ ਜੇ ਆਪਾਂ ਕਹੀਏ ਓਵਰਆਲ ਗਾਣੇ ਦੇ ਬਾਰੇ ਤਾਂ ਉਹ ਗਾਣਾ ਇਜ਼ ਮੋਰ ਇਨ ਟੂ ਕਲੱਬ ਸਾਈਡ ਪਾਰਟੀ ਸਾਈਡ ਉੱਧਰ ਦਾ ਥੋੜ੍ਹੀ ਵਾਈਬ ਲੱਗੀ। ਠੀਕ ਹੈ ਕਿਆ ਹੈ ਇਰਾਦੇ ਤੇਰੇ, ਉਹ ਲਾਈਨ ਇਹਨੇ ਵਾਲੀ ਕਹਿਣ ਲੱਗੀ ਕਾਨ ਮੇਂ ਆ ਕੇ ਬੋਲੀ ਕਿਆ ਹੈ ਇਰਾਦੇ ਤੇਰੇ, ਹੋਏ ਹੋਏ ਠੀਕ ਹੈ ਲਾਈਕ ਗੁੱਡ ਯਾਰ ਥੋੜ੍ਹਾ ਬਹੁਤ ਨਾ ਕੀ ਕਹਿੰਦੇ ਆਪਾਂ ਥੋੜ੍ਹਾ ਟੀਜ਼ਿੰਗ ਐਂਡ ਆਲ ਇਹ ਚੱਲਣੀ ਚਾਹੀਦੀ ਹੈ ਮਾੜੀ ਮੋਟੀ ਗਾਣੇ ਦੇ ਵਿੱਚ ਵੀ ਵਧੀਆ ਲੱਗਦੀ ਹੈ ਇਹ ਚੀਜ਼। ਸਤਿ ਸ਼੍ਰੀ ਅਕਾਲ।